ਸਬਜ਼ੀਆਂ ਤਾਂ ਦੁਕਾਨ ਤੇ ਪਈਆਂ ਨੇ ਔਰ ਬੜੇ ਸਾਫ ਸੁਥਰੇ ਢੰਗ ਨਾਲ ਰੱਖੀਆਂ ਹੋਈਆਂ ਨੇ, ਪਰ ਇਹ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਨੇ। ਕੁਛ ਲੋਕ ਸਬਜ਼ੀ ਖਰੀਦਣ ਆਏ ਨੇ, ਉਹਨਾਂ ਨਾਲ ਵੀ ਗੱਲ ਕਰਦੇ ਆ। ਤੁਸੀਂ ਸਬਜ਼ੀ ਲੈਣ ਆਏ ਹੋ ਜੀ? ਚਲੋ ਪਹਿਲਾਂ ਰੇਟ ਜਾਣ ਲੈਂਦੇ ਆ। ਸਬਜ਼ੀ ਦੇ ਰੇਟਾਂ ਦੀ ਗੱਲ ਕਰੀਏ, ਸਬਜ਼ੀ ਤਾਂ ਤੁਸੀਂ ਬਹੁਤ ਸਾਰੀ ਰੱਖੀ ਹੋਈ ਹੈ, ਸਬਜ਼ੀ ਦੇ ਰੇਟਾਂ ਦੀ ਗੱਲ ਕਰੀਏ ਤਾਂ ਕਿੰਨਾ ਕੁ ਫਰਕ ਆ ਗਿਆ ਹੈ ਔਰ ਜੇ ਫਰਕ ਆਇਆ ਹੈ ਤੇ ਉਹ ਕਿਉਂ ਆਇਆ ਹੈ? ਸਰ ਜੀ, ਬਾਰਿਸ਼ ਕਰਕੇ ਤੋਂ ਕੁਛ ਗਰਮੀ ਤੇ ਬਾਰਿਸ਼ ਦੇ ਕਰਕੇ ਸਾਰੀ ਸਬਜ਼ੀ ਮਹਿੰਗੀ ਹੈ। ਹਾਂਜੀ, ਜੇ ਮੈਂ ਸਮਝਣਾ ਚਾਹਾਂ ਰੇਟਾਂ ਦੇ ਵਾਈਜ਼, ਤੁਹਾਡੇ ਕੋਲ ਬਹੁਤ ਸਾਰੀਆਂ ਸਬਜ਼ੀਆਂ ਨੇ, ਭਿੰਡੀ ਹੈ, ਅਰਬੀ ਹੈ, ਗੋਭੀ ਹੈ, ਟਮਾਟਰ ਨੇ। ਟਮਾਟਰ ਤਾਂ ਬਹੁਤ ਕਹਿੰਦੇ ਮਜਬੂਰ ਕੀਤਾ ਪਿਆ ਬੰਦੇ ਨੂੰ। ਕੀ ਰੇਟਾਂ ਦੇ ਵਿੱਚ ਨੇ ਸਾਰੀਆਂ ਸਬਜ਼ੀਆਂ, ਖਾਸ ਕਰਕੇ ਟਮਾਟਰ? ਟਮਾਟਰ ਦਾ ਜੀ ਹੈਗੇ ਜੀ, ਟਮਾਟਰ ਕਦੇ 80 ਹੋ ਜਾਂਦਾ, ਕਦੇ 70 ਰੁਪਏ ਕਿਲੋ ਹੋ ਜਾਂਦੇ। ਇਹ ਗਰਮੀ ਦੇ ਕਰਕੇ ਲੋਕਲ ਟਮਾਟਰ ਖਤਮ ਹੋ ਗਿਆ। ਬਾਹਰਲਾ ਟਮਾਟਰ ਜਿਹੜਾ ਆਉਂਦੇ ਆ, ਜਦੋਂ ਗੱਡੀ ਲੱਗ ਗਿਆ ਉਦੋਂ ਸਸਤੀ ਹੈ, ਜਦੋਂ ਗੱਡੀ ਨਾ ਲੱਗੇ ਫਿਰ ਮਹਿੰਗੀ ਹੋ ਜਾਂਦੀ ਟਮਾਟਰ। ਤਾਂ ਇਸ ਟਾਈਮ 80 ਰੁਪਏ ਕਿਲੋ ਟਮਾਟਰ ਵਾ। ਪਹਿਲਾਂ ਕੀ ਭਾਅ ਸੀ ਟਮਾਟਰ? ਟਮਾਟਰ ਅੱਜ ਤੋਂ 20-25 ਦਿਨ ਪਹਿਲੇ 20 ਰੁਪਏ ਕਿਲੋ, 30 ਰੁਪਏ ਕਿਲੋ ਟਮਾਟਰ ਸੀ। ਬਾਕੀ ਸਾਰੀ ਸਬਜ਼ੀਆਂ ਦਾ ਸਾਨੂੰ ਦੱਸ ਦਿਓਗੇ ਕਿ ਗੋਭੀ ਜਿਹੜੀ ਪਹਿਲਾਂ ਇਹ ਭਾਅ ਸੀ, ਹੁਣ ਇਹ ਆ, ਜਾਂ ਭਿੰਡੀ ਇਹ ਭਾਅ ਸੀ, ਇਹ ਹੁਣ? ਜੇ ਲੋਕਲ ਸਬਜ਼ੀ ਦਾ ਕੋਈ ਪਤਾ ਨਹੀਂ ਲੱਗਦਾ, ਜਦੋਂ ਬਾਰਿਸ਼ ਆ ਗਿਆ ਮਹਿੰਗੀ ਹੋ ਜਾਂਦੇ ਆ, ਜੇ ਬਾਰਿਸ਼ ਨਾ ਆਏ ਸਸਤੇ ਹੋ ਜਾਂਦੇ, ਨਾਲ ਗਰਮੀ ਕਰਕੇ ਸੌਦਾ ਖਰਾਬ ਹੋ ਜਾਂਦਾ। ਅੱਜ ਕੱਲ੍ਹ ਸਬਜ਼ੀਆਂ ਦੇ ਸਬਜ਼ੀ ਦਾ ਭਾਅ ਜਿਹੜਾ, ਗੋਭੀ ਹੈ 80 ਰੁਪਏ ਕਿਲੋ ਆ, ਜੇ ਭਿੰਡੀ ਆ 30 ਰੁਪਏ ਕਿਲੋ ਆ, ਸ਼ਿਮਲਾ ਮਿਰਚ 100 ਰੁਪਏ ਕਿਲੋ ਆ, ਬੈਂਗਣ 140-150 ਰੁਪਏ ਕਿਲੋ ਬੈਂਗਣ ਆ। ਸਾਰੀ ਸਬਜ਼ੀ ਦਾ ਰੇਟ ਥੋੜਾ ਜ਼ਿਆਦਾ ਹੈ। ਕੀ ਵਿਕਰੀ 'ਚ ਵੀ ਘਾਟਾ ਆਇਆ ਕਿ ਇੱਥੇ ਸੇਲ ਘੱਟ ਹੋ ਰਹੀ ਹੈ? ਵਿਕਰੀ 'ਚ ਵੀ ਤੇ ਸੇਲ ਤੇ, ਜੇ ਮਹਿੰਗਾਈ ਹੈ ਤੇ ਲੋਕ ਥੋੜੇ ਥੋੜੇ ਕਰਕੇ ਲੈਂਦੇ ਆ। ਬਹੁਤ ਜ਼ਿਆਦਾ ਫਰਕ ਪਿਆ ਸਾਨੂੰ, ਬਹੁਤ ਜ਼ਿਆਦਾ ਫਰਕ ਪਿਆ। ਗਰਮੀ ਦਾ ਵੀ ਅਸਰ ਹੈ? ਗਰਮੀ ਦਾ ਤਾਂ ਪੂਰਾ ਅਸਰ ਹੈ ਜੀ, ਥੋੜਾ ਨਹੀਂ ਪੂਰਾ ਅਸਰ ਹੈ ਗਰਮੀ ਦਾ। ਕੀ ਹੁੰਦਾ ਗਰਮੀ 'ਚ ਸਬਜ਼ੀ? ਗਰਮੀ ਦਾ ਜਿਹੜਾ ਅੱਜ ਵੇਗਿਆ ਵੇਗਿਆ, ਨਹੀਂ ਤੇ ਕੱਲ ਨੂੰ ਸਿੱਟ ਦੋ। ਹਾਂ, ਆਹੀ ਚੱਕਰ ਆ ਜਿਹੜਾ ਸਬਜ਼ੀ ਦਾ, ਕੋਈ ਵੀ ਸਬਜ਼ੀ ਅੱਜ ਵੇਗਿਆ ਠੀਕ ਆ, ਨਹੀਂ ਤਾਂ ਕੱਲ ਮਿੱਟੀ ਆ। ਚਲੋ ਕੁਛ ਹੁਣ ਲੋਕਾਂ ਕੋਲੋਂ ਜਾਣ ਲੈਂਦੇ ਆ। ਇਹ ਸੀਗੇ ਦੁਕਾਨਦਾਰ ਦੀ ਰਾਏ, ਉਹਨਾਂ ਨੇ ਦੱਸਿਆ ਕਿ ਕਿਉਂ ਜਿਹੜੇ ਰੇਟ ਨੇ ਉਹ ਵਧੇ ਨੇ। ਹੁਣ ਕੁਛ ਲੋਕਾਂ ਕੋਲੋਂ ਜਾਣਦੇ ਆ ਕਿ ਉਹ ਕਿਸ ਤਰ੍ਹਾਂ ਦੇਖਦੇ ਨੇ ਇਹਨਾਂ ਰੇਟਾਂ ਨੂੰ। ਸਬਜ਼ੀ ਲੈਣ ਆਏ ਹੋ ਜੀ, ਕਿੰਨੀ ਕੁ ਮਹਿੰਗੀ ਹੋ ਗਈ ਸਬਜ਼ੀ? ਸਬਜ਼ੀ ਕਿੰਨੀ ਕੁ ਮਹਿੰਗੀ ਆ ਅੱਗੇ ਨਾਲੋਂ? ਬਹੁਤ ਜ਼ਿਆਦਾ ਮਹਿੰਗੀ ਹੋ ਗਈ ਹੈ। ਬਹੁਤ ਜ਼ਿਆਦਾ ਮਹਿੰਗੀ ਹੋ ਗਈ ਹੈ। ਕੁਛ ਹੋਰ ਲੋਕਾਂ ਨਾਲ ਗੱਲ ਕਰ ਲੈਂਦੇ ਹਾਂ, ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀਆਂ ਸਬਜ਼ੀਆਂ ਨੇ ਉਹ ਕਿਉਂ ਮਹਿੰਗੀਆਂ ਨੇ ਔਰ ਕਿਸ ਭਾਅ ਦੇ ਵਿੱਚ ਸਬਜ਼ੀਆਂ ਲੈ ਰਹੇ ਨੇ। ਕੁਛ ਲੋਕ ਲੈ ਕੇ ਆ ਰਹੇ ਨੇ, ਉਹਨਾਂ ਕੋਲੋਂ ਪੁੱਛਦੇ ਹਾਂ। ਸਰ, ਸਬਜ਼ੀ ਲੈ ਕੇ ਨਿਕਲੇ ਹੋ ਮੰਡੀ ਚੋਂ, ਕੀ ਸਮਝਦੇ ਹੋ ਕਿੰਨੀ ਕੁ ਮਹਿੰਗੀ ਹੋ ਗਈ ਸਬਜ਼ੀ? ਸਬਜ਼ੀ ਦਾ ਜਿਹੜਾ ਭਾਅ ਇਸ ਟਾਈਮ ਬਹੁਤ ਅਸਮਾਨ ਨੂੰ ਛਿੱਕ ਚੂਨ ਲਿਆ ਵਾ ਜੀ, ਤੇ ਆਮ ਲੋਕਾਂ ਦੀ ਪਹੁੰਚ ਤਾਂ ਸਬਜ਼ੀ ਫਲ ਫਰੂਟ ਬਹੁਤ ਦੂਰ ਜਾ ਰਹੇ ਆ। ਜੇ ਗੱਲ ਕਰੀਏ ਕਿਹੜੀ ਸਬਜ਼ੀ ਤੁਹਾਨੂੰ ਲੱਗਦਾ ਟਮਾਟਰ ਦਾ ਕਹਿੰਦੇ ਨੇ ਕਾਫੀ ਮਹਿੰਗਾ ਹੋ ਗਿਆ, ਕੀ ਇਹ ਗੱਲ ਸਹੀ ਹੈ? ਬਿਲਕੁਲ ਜੀ, ਟਮਾਟਰ ਕਿੱਥੇ 20 ਰੁਪਏ ਸੀ, ਕਿੱਥੇ ਹੁਣ 80-100-60 ਇਸ ਹਿਸਾਬ ਨਾਲ ਰੇਟ ਲੈਵਲ ਰਿਹਾ ਜੀ ਇਹਨਾਂ ਦਾ। ਆਮ ਬੰਦਾ ਕਿਸ ਤਰ੍ਹਾਂ ਕਰ ਰਿਹਾ ਫਿਰ? ਆਮ ਬੰਦੇ ਦਾ ਮਹਿੰਗਾਈ ਦਾ ਜਿਹੜੀ ਮੇਨ ਸਾਡੇ ਆਮ ਗਰੀਬ ਵਰਗ ਤੇ ਜ਼ਿਆਦਾ ਪੈ ਰਹੀ ਹੈ ਜੀ। ਘੱਟ ਲੈ ਰਹੇ ਹੋ ਸਬਜ਼ੀ? ਹਾਂ ਬਿਲਕੁਲ, ਨਕਲ ਠੀਕ ਉੱਥੇ ਲੈ ਰਹੇ ਹਾਂ। ਕੁਛ ਹੋਰ ਲੋਕਾਂ ਨਾਲ ਗੱਲ ਕਰਦੇ ਹਾਂ, ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਸਬਜ਼ੀ ਸਰਦਾਰੀ ਸਬਜ਼ੀ ਮਹਿੰਗੀ ਹੋਈ ਹੈ? ਸਬਜ਼ੀ ਮਹਿੰਗੀ ਹੋਈ ਹੈ? ਪਤਾ ਨਹੀਂ ਲੱਗ ਪਈ ਨਹੀਂ। ਤੁਸੀਂ ਸਬਜ਼ੀ ਲਈ ਹੋ? ਹਾਂਜੀ। ਅੱਗੇ ਨਾਲੋਂ ਮਹਿੰਗੀ ਹੋਈ? ਹਾਂਜੀ। ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਮਹਿੰਗੀ ਲੱਗ ਰਹੀ ਹੈ? ਸਾਰੇ ਟਮਾਟਰ ਵੀ ਮਹਿੰਗੇ, ਗੋਭੀ ਮਹਿੰਗੀ ਹੈ, ਟਮਾਟਰ ਮਹਿੰਗੇ ਹੋ ਗਏ। ਤੁਸੀਂ ਵੀ ਸਬਜ਼ੀ ਲਈ ਹੈ? ਹਾਂਜੀ। ਕੀ ਮੰਨਦੇ ਹੋ ਸਬਜ਼ੀ ਰੇਟਾਂ 'ਚ ਕਿੰਨਾ ਕੁ ਫਰਕ ਪੈ ਗਿਆ? ਕਾਫੀ ਫਰਕ ਆ ਗਿਆ ਜੀ। ਕਿਹੜੀਆਂ ਸਬਜ਼ੀਆਂ 'ਚ ਫਰਕ ਨਜ਼ਰ ਆ ਰਿਹਾ? ਇੱਕ ਇਹਦਾ ਟਮਾਟਰ ਲਾ ਲਓ, ਆਲੂ ਲਾ ਲਓ, ਪਿਆਜ਼ ਲਾ ਲਓ। ਤੁਸੀਂ ਕਿਸ ਤਰ੍ਹਾਂ ਕਰ ਰਹੇ ਹੋ, ਰਸੋਈ ਨੂੰ ਕਿਸ ਤਰ੍ਹਾਂ ਮੈਨੇਜ ਕਰ ਰਹੇ ਹੋ? ਘੱਟ ਲਿਜਾ ਰਹੇ ਹੋ, ਕੀ ਕਰ ਰਹੇ ਹੋ? ਘੱਟ ਹੀ ਲਿਜਾ ਰਹੇ, ਜਿੰਨਾ ਲੋੜ ਅਨੁਸਾਰ ਜਿੰਨਾ ਕੁ ਮਤਲਬ ਹੋ ਸਕਦਾ ਘੱਟ ਲੈ ਕੇ ਜਾ ਰਹੇ। ਬਿਲਕੁਲ।
ਤੋ ਤੁਸੀਂ ਖੁਦ ਸੁਣਿਆ ਕਿ ਜਿਹੜੇ ਆਮ ਲੋਕ ਨੇ ਉਹ ਦੱਸ ਰਹੇ ਨੇ ਕਿ ਜਿਹੜੀਆਂ ਸਬਜ਼ੀਆਂ ਨੇ ਉਹਨਾਂ ਦੀ ਮਹਿੰਗਾਈ ਬਹੁਤ ਵੱਧ ਗਈ ਹੈ ਤੇ ਆਮ ਅੰਡੇ ਦੀ ਪਹੁੰਚ ਤੋਂ ਇਹ ਸਬਜ਼ੀਆਂ ਬਾਹਰ ਹੋ ਗਈਆਂ ਨੇ। ਅਸੀਂ ਇਹ ਉਮੀਦ ਕਰਦੇ ਹਾਂ ਕਿ ਜਿਹੜਾ ਮੌਸਮ ਹੈ ਉਹ ਕਿੱਥੇ ਨਾ ਕਿੱਥੇ ਜਾ ਕੇ ਸਥਿਰ ਹੋਵੇਗਾ ਅਤੇ ਸਬਜ਼ੀ ਦੇ ਰੇਟ ਜਿਹੜੇ ਆਸਮਾਨ ਨੂੰ ਛੂ ਰਹੇ ਨੇ ਉਹ ਹੌਲੀ ਹੌਲੀ ਘੱਟ ਹੋਣਗੇ ਅਤੇ ਹਰ ਆਮ ਬੰਦਾ ਇਹਨਾਂ ਸਬਜ਼ੀਆਂ ਨੂੰ ਆਪਣੀ ਰਸੋਈ ਦੇ ਵਿੱਚ ਆਪਣੀ ਥਾਲੀ ਵਿੱਚ ਦੁਬਾਰਾ ਤੋਂ ਬਹਾਲ ਕਰ ਸਕੇਗਾ।